ਮਾੜੇ ਭੈਣੇ ਭਰਾਓ, ਅਸਲਾਮ ਵਾਲੇਕੁਮ, ਉਮੀਦ ਕਰਨਾ ਸਾਰੇ ਭੈਣ ਭਰਾ ਕੁਸ਼ਲ ਹੋਣ, ਨਾਲ ਵੱਲ ਹੋ, ਔਰ ਅੱਲਾਹ ਪਾਕ ਨੇ ਇਸ ਤੋਂ ਇਮਾਨ ਕੁਸ਼ਲ, ਇਸ ਲਈ ਮੈਂ ਪੁੱਛੀਆਂ ਰੱਟਿਆ ਬਾਈ ਪਾ ਬਾਈ ਪਾਸ ਰੱਟਿਆ ਪੁੱਛੀਆਂ, ਇਸ ਲਈ ਇੱਥੇ ਤੱਕ ਅਸਾਂ ਤੱਕ ਕਿਸੇ ਨੇ ਮਾਸ਼ਾਅੱਲਾ ਜੀ ਮਜ਼ਦੂਰ ਲੱਭ ਗਏ ਕਣਕ ਹੈਗੀ ਅਤੇ ਟਰੈਕਟਰ ਵੀ ਲਗਾ ਤਾਂ ਕੱਪੀ ਰਹੀ, ਬਾੜੀ ਸਾਰੀ ਮੁੱਕੀ ਗਈ ਹੈ, ਮਜ਼ਦੂਰ ਲੱਗੇ ਗੱਡੀਆਂ ਬੰਨੇ ਪਏ, ਤਾਂ ਕਿਸੇ ਨੇ ਉੱਧਰ ਸੂਰਜ ਲਾਉਣਾ ਸਹੀ ਦਿਸਣਾ ਨਹੀਂ, ਅਤੇ ਇੱਧਰ ਤੱਕੋ ਜਿਹੜੇ ਸਾਡੇ ਸਮਾਨ ਸਾਹਿਬ ਨਾ ਉਹ ਲੱਗੇ ਹੋਏ, ਪਤਾ ਨਹੀਂ ਕਿਆ ਕਰਾਈ ਰਹੇ, ਅੱਜ ਸਮਾਨ ਸਾਹਿਬ ਹਮੇਸ਼ਾ ਕਿਆ ਕਟਾਈ ਕਰੇ ਰਹੇ, ਸਮਝਦਾਰੀ ਆਪਣੀ ਕਰੀ ਰਹੇ, ਅਤੇ ਇਸ ਵਜ੍ਹਾ ਸਾਡੇ ਰੱਟੇ ਗਲਤੀ ਨਾਲ ਹੀ ਆਏ ਗਏ ਹਾਂ। ਅਸਲਾਮ ਵਾਲੇਕੁਮ। ਵਾਲੇਕੁਮ ਅਸਲਾਮ। ਬਾਕੀ ਆਏ ਅੱਗੇ ਕੁਛ ਬਾਇਆ ਸੀ ਰੱਟੇ 'ਚ, ਹੈ ਨਾ ਬੰਦੇ ਹੀ ਅਜੇ, ਕਿਹੜੇ ਬੰਦੇ ਮਤਲਬ ਤੁਹਾਡੇ ਜੇ ਚੰਗੇ ਬੰਦੇ, ਹੋਰ ਅਲਹਮਦੁਲਿਲਾ ਸਿਹਤ ਫਾਈ, ਮਜ਼ਦੂਰ ਬੰਦੇ ਆ, ਉਹ ਚਿੱਟਾ ਲੈ ਮੈਂ ਪਤਾ ਨਹੀਂ ਕਰਦਾ, ਲਗੇ ਹੋਇਆ ਮਜ਼ਦੂਰੀ ਸੋਲਣ ਕਰਨੇ ਪਏ ਅੱਜ ਸਵੇਰੇ ਲਗਾ ਹੈ ਸੋਲਣ, ਹਾਂ ਟਾਪਾ ਵਾ ਕੇ ਲੀਕ ਹੋਈ ਗਿਆ, ਸਾਰਾ ਕੁਝ ਸੈਟਿੰਗ ਕਾਲ ਕਰਾਈ, ਕਿਤਨਾ ਨੁਕਸਾਨ ਆਇਆ, ਤਕਰੀਬਨ 4500 ਰੁਪਏ, 4500 ਰੁਪਇਆ, 4500 ਤੁਹਾਨੂੰ ਨੁਕਸਾਨ ਹੋਈ ਗਿਆ, ਕੋਈ ਖੈਰ ਹੈ, ਦੋ ਤਰੇ ਚੌਧਰੀ ਆਦਮ ਜਾਣਾ ਰੱਟੇ ਦਾ ਪੌਂਡਾਂ ਦੀ ਕਰੰਸੀ ਰੱਖੀ ਉਹਨੇ, ਉਸ ਨਾਲ ਮਿਲਣੇ ਦਾ ਆਇਆ ਮੈਂ, ਮੇਰੇ ਵਾਲਦ ਸ਼ਰੀਫ, ਓਏ ਤੁਹਾਡੇ ਵਾਲਦ ਸ਼ਰੀਫ, ਮੈਂ ਮੰਨਣਾ ਕਰਨਾ, ਨਿਕਾ ਟੋਟਾ ਰਹਿ ਗਿਆ ਨਾ, ਉਹ ਸੇਮ ਪੈਣਾ ਭਰਾ ਚੈੱਕ ਕਰਾਉਣ, ਚਾਵਲ ਆਖਿਰਕਾਰ ਭੈਣੋ ਭਰਾ ਸਮਾਨ ਸਾਹਿਬ ਨੇ ਜਿਹੜੀ ਨੇਕੀ ਕੀਤੀ ਨੇ ਸਾਡੇ ਪ੍ਰਤੱਖਾਂ ਤੱਕ ਉਹ ਨਸਣੀਆਂ, ਸਾਲਣ ਪਿਆ ਅੱਛਾ, ਤੂੰ ਕਿਥੇ ਕੀ ਖਵਾਲ ਸਹੀ ਦੋਸਤਾ, ਸ਼ੁਕਰ ਕਰ ਤੂੰ ਕੀ ਥਾ ਮੈਂ ਬੁਲਾਇਆ, ਮੈਂ ਗੱਡੀਆਂ ਬੰਨੀ ਗਈ, ਤੂੰ ਮਸ਼ੀਨ ਨੀ ਆਖਣੀ 6 ਹਫ਼ਤੇ ਚ, ਮੈਂ ਨਾ ਬੇਲਾ ਵਿਆ ਮਾਸ਼ਾਅੱਲਾ ਜੀ, ਫਿਰ ਤਾਂ ਬੜੀ ਗੱਲ ਹੈ ਜਨਾਬ, ਫਿਰ ਤੁਸੀਂ ਰੱਟੇ ਦੇ ਛਾ ਗਏ ਹੋ।
ਰੱਟਾ ਆਲਵੇਜ਼ ਅ ਬ੍ਰਾਂਡ ਬ੍ਰੋ। ਸਰ ਨਵਾਬ ਉਹ ਛਾ ਗਏ ਹੋ? ਨਵਾਬ ਹੈ, ਨਵਾਬ ਰੱਟਾ ਨਵਾਬ ਹੈ। ਤੇ ਫਿਰ ਹੁਣ ਦੋ ਹਫ਼ਤੇ ਥ੍ਰੈਸ਼ਰ ਨਹੀਂ ਆਖਣੀ ਜਿੱਤ ਮੈਂ ਬੇਲਾਣਾ ਨੇ। ਹਾਏ ਵੀ ਹੈ, ਇਹ ਵੀ ਜ਼ਬਾਨ ਕਰਨਾ। ਚਲੋ ਇਹਨਾਂ ਨਾਲ ਇਹਨਾਂ ਜ਼ਬਾਨ ਕਰੇ ਸਕਣਾ ਪਾਈ ਇੱਕ ਪਾਸਾ ਖੜਨਾ ਹੀ ਨਹੀਂ ਤੇ ਜਿਹਨੇ ਨਾਲ ਨਾਲ ਤੇ ਦੱਸਨੇ ਅੱਜ ਰੱਟੇ ਨੇ ਜਿਹੜੀ ਰੋਡ ਹੈ ਨਾ ਮਾਸ਼ਾਅੱਲਾ ਤਿਆਰ ਹੋਈ ਹੈ, ਬੜੇ ਖੱਡੇ ਤੇ ਜੰਪਸ ਨੇ ਇਹਨਾਂ ਜਿਹਨੇ ਬੜੀ ਕਸਤਾਲੀ ਤੱਕੀ ਹੈ। ਬਹੁਤ ਕਸਮੇ ਬਹੁਤ ਖੱਜਲ ਹੋਇਆ, ਬਹੁਤ ਖੱਜਲੇ ਕੀਤੀ। ਇਹ ਖੱਜਲੀ ਨਹੀਂ ਵਜ੍ਹਾ ਸੇ ਤੱਕ ਉਹ ਇਤਨਾ ਪਤਲਾ ਤੱਕ ਕਿਤੇ ਮਿਨਿਸਟਰ ਗੁਜ਼ਰੇ ਕੁਸਾ ਨਹੀਂ ਕਰਾਇਆ ਕਹਿਣ ਸੇ ਇਸ ਏਰੀਆ ਨੇ ਮਾੜੀ ਵੋਟ ਘੱਟ ਹੈ ਰੋਡ ਨਾ ਬਣਾਉਣਾ ਤਾਂ ਜਿਹਨੂੰ ਆਸਾਂ ਨੇ ਅਲਹਮਦੁਲਿਲਾ ਅਜ਼ਹਰ ਸਾਹਿਬ ਅੱਲਾ ਸਿਹਤ ਜ਼ਿੰਦਗੀ ਦੇਣ ਨੇ ਸਲਾਮਤ ਰਹਿਣ ਤਾਂ ਉਹਨਾਂ ਅਜ਼ਹਰ ਸਾਹਿਬ ਇਤਨੇ ਬਿਜ਼ੀ ਹੈ ਨਾ ਉਹਨਾਂ ਕੋਲ ਇੱਕ ਮਿੰਟ ਟਾਈਮ ਨਹੀਂ ਜਿਹੜਾ ਉਹਨਾਂ ਨੇ ਡਿਪਾਰਟਮੈਂਟ ਖਾਸ ਕਰ ਜਿਹੜਾ ਇਹ ਜਨਾਬ ਜਿਹੜਾ ਉਹਨਾਂ ਨੇ ਮਿਨਿਸਟਰੀ ਹੈ ਇਹ ਬੰਦ ਇਹ ਪਤਾ ਨਹੀਂ ਨਾ ਭੁੱਲੀ ਗਾ ਚਲੋ ਮਿਨਿਸਟਰੀ ਦੇਸੀ ਮੋਲ ਮਾੜੇ ਅਸਲ ਚੀਜ਼ ਹੈ ਪਿਆਲਾ ਮਿੱਟੀ ਨੀ ਪਿਆਰੀ ਤਾਂ ਪਰ ਚੰਨ ਪਿਆ ਨਾਲ ਤਾਰੇ ਪੇ ਵਾਹ ਜੀ ਵਾਹ ਮੈਂ ਲੋੜ ਸਾਨੂੰ ਕੋਈ ਇਹ ਜਣੇ ਜਿਹੜੇ ਲੱਗੇ ਨੇ ਬਾੜੀ ਚ ਮਜ਼ਦੂਰ ਤਪਕਾ ਇਹਨੇ ਕਿ ਹੁਣ ਪਿਆਨੇ ਚਾਹ ਪੰਜਾਂ ਮਿੰਟਾਂ ਦੋ ਟੋਟੇ ਮੁਕਾਈੜੇ ਨੇ ਦੱਸੋ ਤਾਂ ਕੀ ਸਕਣੇ ਹੋ ਕਿ ਅਪਰੂ ਮੌਸਮ ਅੱਜ ਸਾਫ਼ ਹੈ ਹਰ ਬੰਦਾ ਕੋਸ਼ਿਸ਼ ਕਰਨਾ ਜੀ ਜਲਦੀ ਜਲਦੀ ਕੰਮ ਮੁੱਕੀ ਜਾਣ ਅਤੇ ਜਾਨ ਛੁੱਟੀ ਜਾਏ ਪੰਜ ਕਨਾਲੀ ਨੂੰ ਰੋਲਾ ਖਾਨ ਸਾਹਿਬ ਪਰ ਵੀ ਕਟਾਈ ਨਹੀਂ ਚੱਕ ਰਿਹਾ ਡਾਕਟਰ ਅੱਛੀ ਸਾੜੇ ਬੂਹੇ ਖਲੀ ਗਿਆ ਹੁਣ ਚਾਹ ਦੱਸੰਗੀ ਪੀਸਣ ਅਤੇ ਅਸਾਂ ਗੈਰਾ ਬੰਦ ਕੀਤਾ ਯੂ ਕੇ ਨੇ ਬਟੋਲਾ ਰਾਹ ਵਿੱਚ ਕਰਤਾ ਵਾ ਕਿਆ ਯਾਦ ਰੱਖਣ ਜਣੇ ਸਾਰੇ ਅੱਛੋ ਜਣੇ ਦੋਸਤੋ ਚਾਹ ਛੱਡੀ ਕਿ ਨੇ ਓਏ ਬਜ਼ੁਰਗੋ ਬਿਸਮਿਲਾ ਕਰੋ ਬਿਸਮਿਲਾ ਕਰੋ ਇੱਕ ਬੰਦਾ ਭੇਜੋ ਪਵੋ ਚੀਕ ਨੂੰ ਦੂਆ ਬੰਦਾ ਡੱਬੇ ਨੂੰ ਢੱਕਣ ਖੋਲੋ ਅਤੇ ਚਾਹ ਬਾਈ ਨੂੰ ਲੈਣੋ ਬਾਰ ਇਸ ਤਰ੍ਹਾਂ ਠੱਡੀ ਜੇ ਕਿਆ ਫਾਇਦਾ ਪੀਣੇ ਨਾ ਦੇਸੀ ਮਾਹੌਲ ਹੈ ਸਾਰਾ ਤਿਆਰੀ ਮਾੜਾ ਪ੍ਰਾਪਤ ਸਿੱਧੀਆਂ ਕਰੋ ਮਾੜਾ ਚਾਚਾ ਆ ਹੀ ਗਿਆ ਨਾ ਜਨਾਬ ਚਾਹ ਸੀਨੀਅਰ ਲੀਡਰ ਹੀ ਆਏ ਆਣੇ ਜਣੇ ਕਿ ਚਾਹ ਛਾਪ ਲੈ ਗਏ ਨਹੀਂ ਅਗਰ ਦੋਸਤ ਪਰਦਾ ਕਰਨਾ ਪਰਦਾ ਕਰਨਾ ਕੈਲ ਪਾਪਾ ਠੀਕ ਹੋ ਮਿਹਰਬਾਨੀ ਮੰਨੀ ਕਹਿੰਦਾ ਜੇ ਆਈ ਗਈ ਚਾਹ ਠੱਡੀ ਜਾ ਸਵਾਦ ਖਰਾਬ ਹੋ ਜਾਇਆ ਕਸਮੇ ਡੱਬੇ ਸੀ ਮੈਂ ਕਿਆ ਫਾਇਦਾ ਫਿਰ ਪੀਣੇ ਨਾ ਉਸ ਕੋਲ ਬੰਦਾ ਪਾਣੀ ਪੀਕਣਾ ਉਹ ਚੰਗਾ ਫਿਰ ਜੇ ਪਾਪਾ ਕੁਝ ਬਣਾ ਇਹਦਾ ਟੱਪੀ ਲਾ ਮਿਸਕੁਰ ਤਸਰੇ ਨੇ ਪੁੱਛਣੇ ਕਾ ਪਾਇਆ ਬਿਸਮਿਲਾ ਹੁਣ ਬਾਓ ਵੀ ਤਰ੍ਹਾਂ ਸਮਝ ਨਹੀਂ ਲੱਗੀ ਮੈਡਮ ਭਰਾ ਮਾੜਾ ਭਰਾ ਬਾਓ 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 ਬੋਲੋ ਨਾ ਕੀ ਚੱਕਰੀ ਹੋ ਭਾਈ ਨੇ ਗੱਪ ਹੋਈ ਆ ਜਣਾ ਕੁਝ ਬਣਾ ਸੀ ਮੈਂ ਤਸਰੇ ਨੇ ਪੁੱਛਣਾ ਪਕੜ ਗਿਆ ਹੈ ਇਹ ਤਾਂ ਕੋਈ ਮਾਸ਼ਾਅੱਲਾ ਰੌਣਕਾਂ ਲੱਗੀਆਂ ਜਿਹੜੇ ਜੱਟ ਜ਼ਿੰਮੇਦਾਰੀ ਹੋਣੀ ਨਾ ਐਸਾ ਫਾਈਨਲੀ ਭੈਣ ਭਰਾ ਅਸਾਂ ਉਸਮਾਨ ਆਜ਼ਮ ਆਫੀਸ਼ੀਅਲ ਦੇ ਅੰਦਰ ਆ ਗਏ ਬਰਾਂਡੇ ਵਿੱਚ ਬੈਠੇ ਹੋਏ ਹਾਂ ਹੁਣ ਤੱਕੋ ਜਿਹੜੀ ਗੱਲ ਆਖੀ ਸੀ ਬਿਰਿਆਨੀ ਤਾਂ ਉਹ ਆਉਣਾ ਜਾਂ ਨਹੀਂ ਆਉਣਾ ਬਾਕੀ ਸਾਡੇ ਨਾਲ ਭਾਈ ਨਾਸਰ ਵੀ ਆਏ ਵੇ ਅਤੇ ਬਾਕੀ ਸਾਨੂੰ ਤੱਕੀ ਸੀ ਯੂਕੇ ਨੇ ਪਟੋਲਾ ਅੱਜ ਅਸਾਂ ਆਪੋ ਚਲਾਈ ਜਾਂਦਾ ਵਾ ਕਿ ਜਿਹੜੇ ਦਾਨੀ ਪਟੋਲਾ ਹੈ ਨਾ ਉਹ ਅੱਜ ਪਿੰਡੀ ਗਿਆ ਆਪਣੇ ਭੈਣ ਭਰਾ ਇਸਲਾਮਾਬਾਦ ਗਿਆ ਕੜੀ ਕੜੀ ਫੋਟੋ ਭੇਜਣਾ ਕੜੀ ਟਿੱਕੇ ਨੇ ਫੋਟੋ ਭੇਜਣਾ ਪੜੀ ਰੋਸਟਾਂ ਨੇ ਭੇਜਣਾ ਮੈਂ ਹਮੇਸ਼ਾ ਕਿਹਾ ਪਹਿਲੀ ਦਫ਼ਾ ਖਾਣ ਲਗਾ ਹੀ ਗਏ ਜੀ ਮਾੜੇ ਭੈਣ ਭਰਾ ਆਖਿਰਕਾਰ ਉਸਮਾਨ ਸਾਹਿਬ ਨੇ ਡੇਰਾ ਤੱਕਿਆ ਨੇ ਨਾ ਮਾਸ਼ਾਅੱਲਾ ਚਮਕਣਾ ਪਿਆ ਡੇਰਾ ਵੀ ਅਤੇ ਅਸਾਂ ਕਿ ਖਾਲੀ ਸਪਰੈਡ ਪਿਆਲੀ ਨੇ ਤਾਂ ਗੇਡੂ ਬਾਹਰ ਕੱਢੀ ਗੇਡੂ ਬਾਹਰ ਕੱਢੀ ਰਿਹਾ ਇਸ ਕੀ ਜ਼ਰਾ ਵੀ ਘੋੜੀ ਨੇ ਬੰਦੇ ਕੀ ਥੋੜ੍ਹੀ ਜਿਹੀ ਲੱਥੀ ਜਿਹੜੀ ਵੀ
ਅੱਧੇ ਕੋਲ ਤੋਂ ਮਾੜੀ ਕਣਕਾਂ ਜਾਂ ਮਾੜੀ ਇਕੱਠੀ ਨਹੀਂ ਕੀਤੀ ਕਣਕ ਤਾਂ ਮੈਂ ਨਹੀਂ ਇਕੱਠੀ ਕੀਤੀ ਮਗਰ ਬਿਰਿਆਨੀ ਵੀ ਤਾਂ ਕੋਈ ਖਾਧੀ ਨਾ ਬਿਰਿਆਨੀ ਤੁਹਾਡੇ ਬਾਰੇ ਸੋਚਾਂ ਅਗਲੇ ਸਾਲ ਇਨਸ਼ਾਅੱਲਾ ਕਹਿ ਸੋਚਿਆ ਅਗਲੇ ਇਹ ਜਿਹੜੇ ਤੱਕੋ ਜੀ ਮਲੇਤੀ ਗਾਂ ਰੱਖੀ ਆਸਟ੍ਰੇਲੀਅਨ ਗਾਂ ਜੀ ਆਸਟ੍ਰੇਲੀਅਨ ਗਾਂ ਬੜਾ ਬੜਾ ਕੋ ਦੱਸਿਆ ਫਤ ਜੰਗੀ ਉਹ ਦੱਸਣ ਉਹ ਤੁਹਾਡੇ ਨਾਲ ਆ ਨਾ ਉਹ ਆਸਟ੍ਰੇਲੀਆ ਫਤ ਜੰਗੀ ਬੜਾ ਜੰਗੀ ਬੜਾ ਜੀ ਮਾਸ਼ਾ ਅੱਲਾ ਸਾਲਾ ਤੇ ਇਨਸ਼ਾਅੱਲਾ ਵਾਹ ਜੀ ਤੇਰੇ ਫਤ ਜੰਗੀ ਮਾਂ ਜੀ ਬੱਦੀ ਨੇ ਹਾਂ ਤਾਂ ਕੀ ਸਕਣ ਦੇਸੀ ਮਾਹੌਲ ਫੁੱਲ ਜਿਹੜੀ ਆਸਟ੍ਰੇਲੀਅਨ ਗਾਂ ਆ ਨਾ ਇਸ ਨੇ ਕੋਈ ਆਪਣੀ ਬਾਤ ਹੈ ਤਾਂ ਕਿਸੇ ਨੇ ਵਾਹ ਜੀ ਵਾਹ ਦੁੱਧ ਕਿਤੇ ਨਾਲ ਸੋਏ ਅਜਾ ਨਵੀਂ ਅਜਾ ਨਵੀਂ ਕੋਣੀ ਹੋਈ ਨਵੀਂ ਕੋਣੀ ਹੋਈ ਪਹਿਲਾਂ ਸੂਈ ਹੈ ਅਜਾ ਉਹੀ ਕੋਣੀ ਨਵੀਂ ਅੱਛਾ ਬੈੜੀ ਹੈ ਕਹਿਣਾ ਤਾਂ ਪ੍ਰੋ ਹੁਣ ਤੋਂ ਤਾਂ ਕਿਸ ਨੇ ਸਮਾਨ ਸਾਹਿਬ ਇੱਕ ਟੋਟੇ 'ਚ ਹੋਰ ਹੀ ਲਾਈ ਹੋਈ ਨੇ ਟਰੈਕਟਰ ਤਾਂ ਅੱਜ ਸਮਾਨ ਸਾਹਿਬ ਨੇ ਕੋਈ 50 ਬੇਗੇ ਬਾੜੀ ਹੈ ਆਪੋ ਤਾਂ ਕੋਈ ਜੰਟਰਮੈਨ ਹੋਈ ਤਾਂ ਆੜੀ ਵਿਖਰਤਾ ਵਾ ਟਰੈਕਟਰ ਜਣੇ ਤੱਕ ਗੱਡੀ ਪੂਰੀ ਵਿੱਚ ਫਸਾਈ ਗਈ ਉੱਥੇ ਹੁਣ ਫਿਰ ਮੁੜੀ ਸ਼ੁਰੂ ਕਰੀ ਗਈ ਸੀ ਉੱਥੇ ਹੀ ਇਹ ਤਾਂ ਕਿਸੇ ਉਹ ਜਾਣਾ ਦਾਂਦਾ ਹੈ ਕਿਸੇ ਨੇ ਕਹਿਣਾ ਤਾਂ ਭਰਾ ਇਸਲੇ ਦਬਾਅ ਕਰੋ ਸਹੀ ਸਲਾਮਤ ਸਾਰਾ ਕੰਮ ਹੋਈ ਜਾਏ ਕਿਵੇਂ ਇਸਲੇ ਪਤਾ ਨਹੀਂ ਕਣਕਾਂ ਜਿਹੜੀਆਂ ਨਾ ਮੇਨ ਚੀਜ਼ ਹੈ ਜੀ ਮੈਂ ਕਹਿੰਦਾ ਭਰਾ ਤੱਕੀ ਸਕਣੇ ਜੀ ਜਿਹੜੀ ਰੋਡ ਰੱਟੇ ਲਈ ਨਾ ਇਹ ਤਿਆਰ ਹੋਣੀ ਵੀ ਹੈ ਅਤੇ ਇਹਦੀ ਸਾਈਡ ਫਿਰ ਪਕਲੇਨ ਲੱਗੀ ਵੀ ਹੈ ਅਗਰ ਸਾਧੂ ਸਾਹਿਬ ਜਿਹੜੇ ਨਾ ਇਨਵੈਸਟ ਕਰਾਈ ਦੇ ਸੀ ਜਿਸਨੂੰ ਤੱਕੀ ਸਕਣੇ ਮਾਸ਼ਾ ਅੱਲਾ ਅਤੇ ਗੱਡੀਆਂ ਜਿਹੜੀਆਂ ਨਾ ਬੜੀਆਂ ਔਖੀਆਂ ਜਾ ਰਹੀਆਂ ਤੱਕੀ ਸਕਣੇ ਜਿਹੜੇ ਰਾਹ ਪੱਕਾ ਕਰਨਾ ਵੀ ਪਤਾ ਨਹੀਂ ਜਾਣਾ ਕਿਹੜਾ ਚਲਾਉਣਾ ਪਿਆ ਪਕੜੇ ਨੇ ਬਾਕੀ ਖੱਡੀ ਵਾਂ ਸ਼ੋਰਾਂ ਸ਼ੋਰਾਂ ਨਾਲ ਜਿਹੜੇ ਵੀ ਇਹ ਰੋਡ ਜਿਹੜਾ ਪੱਕਾ ਹੀ ਗਿਆ ਨਾ ਫਿਰ ਕਰੀ ਰਹੀ ਸੀ ਜਾਣ ਛੱਡੀ ਅਸੀਂ ਤਾਂ ਕਿਸੇ ਮਤਲਬ ਉਹ ਉੱਪਰ ਟਰੈਕਟਰ ਹੀ ਲਗਾ ਸਕਣੇ ਜੀ ਨਾਲੀ ਸਾਫ਼ ਕੀਤੀ ਨੇ ਆਦਮ ਠੇਕੇਦਾਰ ਸਾਹਿਬ ਚਲਾਈ ਰਹੇ ਅੱਛੇ ਉਹਨਾਂ ਦਾ ਰਹਿ ਮੈਦਾਨ ਵਿੱਚ ਇਹ ਸਾਡੇ ਠੇਕੇਦਾਰ ਇੱਥੇ ਹੈਗੇ ਅੱਛੋ ਅੱਲਾ ਨੇ ਸ਼ੁਕਰ ਹੈ ਸਾਡੇ ਜਿਹੜੇ ਸੜਕਾਂ ਨੇ ਠੇਕੇਦਾਰ ਨੇ ਆਦਮ ਸਾਹਿਬ ਉਹ ਚਲਾਈ ਰਹੇ ਲੱਗੀ ਸਕਦੇ ਜੀ ਮਾਸ਼ਾ ਅੱਲਾ ਸਿੱਧੀ ਕਰੀ ਜੀ ਅਸਲਾਮ ਵਾਲੇਕੁਮ ਠੇਕੇਦਾਰ ਜੀ ਕੀ ਹਾਲ ਹੈ ਸੇਚੀਅਤ ਕਿਆ ਨਾਂ ਆ ਠੇਕੇਦਾਰ ਦਾ ਨਾਂ ਆਦਮ ਖਾਨ ਕਿਹੜੀ ਜਗ੍ਹਾ ਤੂੰ ਮੇਰਪੁਰ ਤੂੰ ਇਹ ਸੜਕਾਂ ਦਾ ਠੇਕਾ ਕਦੋਂ ਆਇਆ ਤਕਰੀਬਨ 4 ਮਹੀਨੇ ਪਹਿਲੇ ਮਹੀਨੇ ਜੋ ਆਇਆ ਸੀ ਤੇ ਮਸਲ ਇਸ ਨਾਲ ਪ੍ਰੋਜੈਕਟ ਕਿਤਨੇ ਦਿਨ ਆਇਆ ਪ੍ਰੋਜੈਕਟ ਆਇਆ ਕੋਈ 7-8 ਮਹੀਨੇ ਜੇ 7-8 ਮਹੀਨੇ ਦਾ ਮਸਾਂ ਤਰ ਇਹ ਥਾ ਨਾ ਹੁਣ ਪਿਛਾ ਇੱਕ ਬੰਦਾ ਮਿਲਿਆ ਉਸ ਤਾਂ ਦੋ ਹਫ਼ਤਿਆਂ ਦੀ ਰੋਡ ਕਲੀਅਰ ਹੋਈ ਜਿਸੀ ਉਹ ਦੋ ਹਫ਼ਤੇ ਵਿੱਚ ਹੋਈ ਜੇ ਅਸੀਂ ਨਾ ਨਾਲ 4-5 ਕੰਮ ਹੋਰ ਨੇ ਇਸ ਵਜ੍ਹਾ ਤੋਂ ਤਕਰੀਬਨ 4-5 ਮਹੀਨੇ ਨੇ ਕੰਮ ਆਇਆ ਤੇ ਜਿਹੜਾ ਤੁਸਾਂ ਨੇ ਇਹ ਠੇਕੇਦਾਰੀ ਨਾਲ ਸਿਸਟਮ ਹੈ ਨਾ ਪਤਾ ਕਿ ਆਇਆ ਅਸਰ ਕਿਸ ਤਰੀਕੇ ਨਾਲ ਸੰਗੀ ਪਛਾਣ ਹੈ ਹਾਜੀ ਆਸ਼ਮ ਖਾਨ ਐਂਡ ਕੰਪਨੀ ਨੇ ਕੰਪਨੀ ਨੇ ਨਾ ਗਿਆ ਹਾਜੀ ਆਸ਼ਮ ਖਾਨ ਐਂਡ ਐਚਕੇਸੀ ਕੰਪਨੀ ਐਚਕੇਸੀ ਐਚਕੇਸੀ ਆਸ਼ਮ ਖਾਨ ਅਹਮਿਰਪੁਰ ਇਹ ਹੈ ਗੱਲ ਹੈ ਇਹ ਆਪੋ ਅੱਜ ਠੇਕੇਦਾਰੀ ਸ਼ੁਰੂ ਕੀਤੀ ਤਾਂ ਕਰੀ ਡਰਾਈਵਰ ਗਿਆ ਛੁੱਟੀਆਂ ਪਰ ਫੇਰੇ ਆ ਸੀ ਅੱਛਾ ਤੇ ਜਿਹਨੇ ਠੇਕਾ ਦਿੱਤਾ ਇਸ ਰੋਡੇ ਨਾਲ ਕਿਹੜੇ ਸਦਰ ਵਜ਼ੀਰ ਆਜ਼ਮ ਨੂੰ ਦਿੱਤਾ ਜਾ ਇਹ ਹਜ਼ਰ ਸਾਦਕ ਸਾਹਿਬ ਹਜ਼ਰ ਸਾਦਕ ਸਾਹਿਬ ਨਾਲ ਮਹਿਕਮਾ ਪੀ ਡਬਲਯੂ ਡੀ ਹੈ ਮਹਿਕਮਾ ਪੀ ਡਬਲਯੂ ਡੀ ਮਾਸ਼ਾ ਅੱਲਾ ਜੀ ਬਕਰੇਰ ਸਾਹਿਬ ਆਦਮ ਠੇਕੇਦਾਰ ਸਾਹਿਬ ਕਹੀ ਰਹੇ ਠੇਕੇਦਾਰ ਜੀ ਮਿਹਰਬਾਨੀ ਤੁਹਾਨੂੰ ਸ਼ੁਕਰੀਆ ਮਿਹਰਬਾਨੀ ਕੀ ਸਿਗਨਲ ਕਰਾ ਬਰੋ ਮਸ਼ੀਨ ਫਿਰ ਚੱਲੀ ਵੀ ਹੈ ਇਹ ਅਜ਼ਰ ਸਾਦਕ ਸਾਹਿਬ ਨੇ ਠੇਕਾ ਦਿੱਤਾ ਇਸ ਰੋਡੇ ਨਾਲ ਤੱਕੀ ਸਕਣੇ ਪਹਿਲਾਂ ਤਾਂ ਬਰੋ ਮਸ਼ੀਨ ਚੱਲਣੀ ਕਿਸਰਾਇਆ ਜ਼ਬਰਦਸਤ ਜ਼ਬਰਦਸਤ ਕਿਸਮ ਦੀ ਮਸ਼ੀਨ ਚਲਾਈ ਰਹੇ ਆਪੋ ਚਲਾਈ ਰਹੇ ਮਾਸ਼ਾ ਅੱਲਾ ਜੀ ਜ਼ਬਰਦਸਤ ਥੋੜ੍ਹਾ ਥੋੜ੍ਹਾ ਜਿਹਾ ਕੰਮ ਹੈ ਉੱਧਰ ਬਾਜ਼ਾਰ ਜਿੰਨੇ ਨਾਲੋਂ ਨਾਲ ਬਾਜ਼ਾਰ ਸਹੀ ਸੀਨ ਭੈਣ ਆਪਣਾ ਕੀ ਕਰਨਾ ਰੱਟਿਓਂ ਲਿਖੜੀ ਆ ਰੋਡਿਆਂ ਦੀ ਵੀਡੀਓ ਬਣਾਈ ਤਾਂ ਆ ਜਮਾਨ ਚੌਕ ਵਿੱਚ ਪਹੁੰਚੇ ਇੱਥੋਂ ਤੱਕ ਕੀ ਸਕਦੇ ਜਮਾਨ ਚੌਕ ਬਿਲਕੁਲ ਯੱਕ ਛੱਡੀ ਵੀ
ਸਬਜ਼ੀ ਦੀ ਦੁਕਾਨ ਲੱਗੀ ਹੈ ਤਾਂ ਭਾਈ ਬਹੁਤ ਪਰੇਸ਼ਾਨ ਨੇ, ਪਤਾ ਨਹੀਂ ਕਿਆ ਪਰੇਸ਼ਾਨੀ ਹੈ। ਦਮਾਣੇ ਨਵੇਂ ਆਉਂਦੇ ਨੇ, ਦਮਾਣੇ ਤੱਕ ਹੀ ਸਕਣੇ ਜੀ, ਮਾਸ਼ਾ ਅੱਲਾਹ ਤਗੜੇ ਦਮਾਣੇ ਆਏ, ਤਗੜੇ ਦਮਾਣੇ ਨੇ ਥੱਕੀ ਸਕਣੇ ਜੀ। ਵੀ ਆਈ ਪੀ ਵਿੱਚੋਂ ਵੀ ਤਾਜ਼ੇ, ਬਾਹਰੋਂ ਵੀ ਤਾਜ਼ੇ, ਸਿਰਫ ਨਹੀਂ ਗਏ ਮਾਲਟੇ, ਕਰੇਲਾ, ਅੱਲਾਂ, ਖੱਖੜੀ, ਭਿੰਡੀ, ਰਾਏ ਸਾਹਿਬ ਨੇ ਅੰਦਰ ਵਾੜਿਆ ਨੇ। ਅਸਲਾਮ ਵਾਲੇਕੁਮ ਸਾਬਰ ਸਾਹਿਬ, ਕਿਆ ਹਾਲ ਹੈ? ਸਿਹਤ ਸਿਹਤ ਖੈਰ ਖਰੀਅਤ ਹੈ? ਕਿਆ ਪਰੇਸ਼ਾਨ ਹੋ? ਪਰੇਸ਼ਾਨ ਕੌਣ ਹੋ? ਖਾਲੀ ਗਰਮੀ ਹੈ, ਗਰਮੀ 'ਚ ਠੰਡੀ ਚੀਜ਼ ਕਿਹੜੀ ਹੋਣੀ ਹੈ? ਕੱਦੂ ਖਾਇਆ ਕਰੋ ਨਾ ਫਿਰ, ਖਾਣੇ ਕੀ ਉਹਨੂੰ? ਦਿਹਾੜੀ ਬੰਦਾ ਇੱਕ ਰੱਖੀ ਹੋਣਾ ਪਾਣੀ ਹੈ, ਅਤੇ ਸ਼ਾਮੀ ਕੁਤਰੀ ਖਾਈ ਹੋਣਾ, ਦਿਲ ਭੱਜਾ ਖਾਣੇ ਫਿਰੋਂ, ਇਹ ਕਿਆ ਵਜ੍ਹਾ? ਇਹ ਵੀ ਗੱਲ ਠੀਕ ਹੈ, ਤੁਹਾਡੇ ਪਰੋ ਤੱਕੀ ਸਕਣੇ ਆਉਣੇ, ਆਪੋ ਦਿਲ ਭੱਜਾ ਵਾ। ਉਹ ਬੈਂਗਣ ਖਾਇਆ ਕਰਾਉਣੇ, ਤਾਰ ਹੋਣੇ ਗਰਮ ਹੋਣੇ, ਠੀਕ ਹੈ ਜੀ ਭੈਣੋ ਤੇ ਭਰਾਓ, ਤੱਕੀ ਸਕਣੇ ਜੀ, ਗਰਮ ਹੋਣੇ। ਇੱਧਰ ਵੀ ਤੱਕੋ, ਇੱਧਰ ਰੰਗਾਂ ਦੀ ਦੁਕਾਨ ਵੀ ਹੈ, ਬਿਜਲੀ ਦੀ ਦੁਕਾਨ ਵੀ ਹੈ ਨਾਲ, ਤੱਕੀ ਸਕੋ, ਬਲਫ ਪੱਖੇ ਲੋਕਾਂ ਨੇ ਦੇਣੇ, ਬਿਜਲੀ ਔਡਰ ਦੇਣੇ। ਅਸਲਾਮ ਵਾਲੇਕੁਮ ਨਦੀਨ ਸਾਹਿਬ, ਕਿਆ ਹਾਲ ਹੈ? ਸਿਹਤ ਵੀ ਇਹਦੀ ਕੈਸੀ ਹੈ? ਕਿਆ ਨਵੀਂ ਤਾਜ਼ੀ ਹੈ? ਤੁਸਾਂ ਕਿ ਗਰਮੀ ਲੱਗੀ ਵੀ ਤੁਹਾਨੂੰ ਢਿੱਲੇ ਬੋਲਣੇ ਹੋ ਜਾਂ ਅਪਰ ਫੈਨ ਲਗਾ ਵਾ ਨੀਚੇ ਗਰਮੀ? ਇਹ ਤਾਂ ਵੀ ਨਹੀਂ ਸਕਣਾ, ਉਹ ਤਾਂ ਚਲੋ ਸਬਜ਼ੀ ਦੁਕਾਨਾਂ ਨੇ ਬਾਈ ਸਕਣੇ ਕਿ ਸਬਜ਼ੀ ਨੇ ਪੜਾਸ ਹੋਣਾ ਆ, ਤੁਸਾਂ ਕੀ ਕਸਣਾ ਪੜਾਸ ਹੈ? ਇੱਥੇ ਰੰਗ ਤਾਂ ਪੜਾਸ ਦੇਣਾ ਹੀ ਨਹੀਂ, ਇੱਥੇ ਕਿਸੇ ਨੇ ਰੰਗ ਚਾਹੀਦਾ ਹੈ ਲੱਭੀ ਜੱਸੀ, ਬਾਕੀ ਬਿਜਲੀ ਦਾ ਸਮਾਨ ਚਾਹੀਦਾ ਵਾ ਉਹ ਲੱਭੀ ਜੱਸੀ, ਬੰਦਾ ਲਾਣੇ ਲਾਵਾ ਉਹ ਵੀ ਲੱਭੀ ਜੱਸੀ, ਬਾਕੀ ਹੋਰ ਕਿਆ ਚਾਹੀਦਾ ਹੋਰ? ਹਰ ਚੀਜ਼ ਦੁਕਾਨ ਦੀ ਵਰਾਇਟੀ ਪੂਰੀ ਹੈ, ਮਤਲਬ ਨਾਲ ਦੇਸਣ ਲਾਈ ਵੀ ਦੇਸਣ, ਮਾਲ ਵੀ ਦੇਸਣ, ਰੰਗ ਚਾਹੀਦਾ ਰੰਗ ਵੀ ਦੇਸਣ, ਰੰਗ ਹੀ ਕੁਆਲਿਟੀ ਦਾ ਰੰਗ ਸੀ ਆਮ ਰੰਗ।